ਸਤਿ ਸ਼੍ਰੀ ਅਕਾਲ, ਮੈਂ ਸਿਮਰਨ ਤੁਹਾਡੇ ਸਭ ਦਾ ਸਵਾਗਤ ਕਰਦੀ ਹਾਂ ਐਂਟਰਟੇਨਮੈਂਟ ਡਾਇਰੀਜ਼ ਵਿੱਚ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹਾਈਲਾਈਟਸ ਦੇ ਉੱਤੇ। ਅਨੁਪਮ ਖੇਰ ਦੇ ਆਫਿਸ ਦੇ ਵਿੱਚ ਪੰਨ ਤੋੜ, ਲੱਖਾਂ ਦੀ ਚੋਰੀ, ਐਕਟਰ ਨੇ ਦਰਜ ਕਰਵਾਈ FIR, ਦੇਖੋ ਵੀਡੀਓ। ਵਿਆਹ ਤੋਂ 2 ਦਿਨ ਪਹਿਲਾਂ ਸੋਨਾਕਸ਼ੀ ਸਿਨਹਾ ਨੇ ਪੈਪਸ ਤੋਂ ਲੁਕਾਇਆ ਆਪਣਾ ਚਿਹਰਾ, ਵੀਡੀਓ ਹੋਇਆ ਵਾਇਰਲ। ਮਿਰਜ਼ਾਪੁਰ 3 ਦਾ ਜ਼ਬਰਦਸਤ ਟ੍ਰੇਲਰ ਹੋਇਆ ਰਿਲੀਜ਼, ਫੈਨਸ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ। ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਦੀ। ਅਨੁਪਮ ਖੇਰ ਜੋ ਕਿ ਇੰਡਸਟਰੀ ਦੇ ਨਾਲ ਨਾਲ ਸੋਸ਼ਲ ਮੀਡੀਆ 'ਤੇ ਵੀ ਫੈਨਸ ਦੇ ਨਾਲ ਅਕਸਰ ਹੀ ਐਕਟਿਵ ਰਹਿੰਦੇ ਨੇ, ਹਾਲੀ ਦੇ ਵਿੱਚ ਉਹਨਾਂ ਦੇ ਦਫ਼ਤਰ ਦੇ ਵਿੱਚ ਚੋਰੀ ਹੋਈ, ਜਿਸ ਦੀ ਜਾਣਕਾਰੀ ਉਹਨਾਂ ਨੇ FIR ਦਰਜ ਕਰਵਾ ਕੇ ਉਸ ਤੋਂ ਬਾਅਦ ਇੱਕ ਵੀਡੀਓ ਦੇ ਥਰੂ ਆਪਣੇ ਫੈਨਸ ਨੂੰ ਵੀ ਦਿੱਤੀ ਹੈ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨੁਪਮ ਖੇਰ ਦੇ ਦਫ਼ਤਰ ਦੇ ਵਿੱਚ ਲੱਖਾਂ ਦੀ ਚੋਰੀ ਹੋ ਗਈ ਹੈ। ਇਹ ਸਾਰੀ ਘਟਨਾ ਨੂੰ 2 ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਬੁੱਧਵਾਰ ਰਾਤ ਚੋਰ ਅਦਾਕਾਰ ਦੇ ਦਫ਼ਤਰ ਦਾ ਤਾਲਾ ਤੋੜ ਕੇ ਦਾਖਲ ਹੋਏ। ਚੋਰਾਂ ਨੇ ਅਦਾਕਾਰ ਦੇ ਦਫ਼ਤਰ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਅਤੇ ਸਮਾਨ ਵੀ ਚੋਰੀ ਕਰ ਲਿਆ ਹੈ। ਅਦਾਕਾਰ ਨੇ ਖੁਦ ਇੱਕ ਵੀਡੀਓ ਪੋਸਟ ਕਰਕੇ ਇਹ ਜਾਣਕਾਰੀ ਸਾਂਝਾ ਕੀਤੀ। ਅਨੁਪਮ ਖੇਰ ਦੇ ਦਫ਼ਤਰ ਵਿੱਚ ਚੋਰੀ ਦੀ ਘਟਨਾ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ। ਇਹ ਚੋਰੀ ਵੀਰਾ ਦੇਸਾਈ ਰੋਡ 'ਤੇ ਸਥਿਤ ਉਹਨਾਂ ਦੇ ਦਫ਼ਤਰ ਦੇ ਵਿੱਚ ਹੋਈ। ਅਦਾਕਾਰ ਨੇ ਚੋਰੀ ਦੇ ਖਿਲਾਫ FIR ਦਰਜ ਕਰਵਾ ਦਿੱਤੀ ਹੈ। ਚੋਰਾਂ ਨੇ ਲੱਖਾਂ ਰੁਪਏ ਦੀ ਨਕਦੀ ਦੇ ਨਾਲ ਨਾਲ ਐਕਟਰ ਦੀ ਇੱਕ ਫਿਲਮ ਦੇ ਕੁਝ ਸਮਾਨ ਅਤੇ ਨੈਗੇਟਿਵ ਵੀ ਚੋਰੀ ਕਰ ਲਏ ਨੇ। ਚੋਰੀ ਦੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਅਨੁਪਮ ਖੇਰ ਨੇ ਇੰਸਟਾਗ੍ਰਾਮ ਅਤੇ ਐਕਸ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਇਹ ਵੀਡੀਓ ਚੋਰੀ ਅਤੇ ਭੰਨ ਤੋੜ ਤੋਂ ਬਾਅਦ ਦੀ ਹੈ, ਜਿਸ ਨੂੰ ਸਾਂਝਾ ਕੀਤਾ ਗਿਆ ਹੈ। ਅਤੇ ਇਸ ਨੂੰ ਸਾਂਝਾ ਕਰਦੇ ਹੋਏ ਐਕਟਰ ਨੇ ਲਿਖਿਆ, ਬੀਤੀ ਰਾਤ ਮੇਰੇ ਵੀਰਾ ਦੇਸਾਈ ਰੋਡ ਦਫ਼ਤਰ ਦੇ ਵਿੱਚ 2 ਚੋਰਾਂ ਨੇ ਮੇਰੇ ਦਫ਼ਤਰ ਦੇ 2 ਦਰਵਾਜ਼ੇ ਤੋੜ ਦਿੱਤੇ ਅਤੇ ਅਕਾਊਂਟਸ ਵਿਭਾਗ ਅਤੇ ਸਾਡੀ ਕੰਪਨੀ ਦੁਆਰਾ ਨਿਰਮਿਤ ਸਾਰਾ ਸੇਫ ਲੈ ਗਏ। ਇੱਕ ਫਿਲਮ ਦੇ ਨੈਗੇਟਿਵ ਜੋ ਕਿ ਇੱਕ ਡੱਬੇ ਦੇ ਵਿੱਚ ਸਨ, ਚੋਰੀ ਕਰਕੇ ਲੈ ਗਏ। ਉਹਨਾਂ ਨੇ ਅੱਗੇ ਲਿਖਿਆ, FIR ਦਰਜ ਕਰਵਾਈ ਹੈ ਅਤੇ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਚੋਰਾਂ ਨੂੰ ਜਲਦ ਹੀ ਫੜ ਲਿੱਤਾ ਜਾਵੇਗਾ। ਹੁਣ ਗੱਲ ਕਰਦੇ ਹਾਂ ਸੋਨਾਕਸ਼ੀ ਸਿਨਹਾ ਦੀ, ਜੋ ਕਿ ਆਪਣੇ ਵਿਆਹ ਨੂੰ ਲੈ ਕੇ ਲਗਾਤਾਰ ਲਾਈਮਲਾਈਟ ਦੇ ਵਿੱਚ ਬੜੀ ਹੋਈ ਆ। ਹਾਲ ਫਿਲਹਾਲ ਹੀ ਉਹਨਾਂ ਦੇ ਬੈਚਲਰ ਪਾਰਟੀ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਸੀ, ਬਟ ਹੁਣ ਉਹਨਾਂ ਦੇ ਪ੍ਰੀ ਵੈਡਿੰਗ ਫੰਕਸ਼ਨ ਜਿਹੜੇ ਨੇ ਸ਼ੁਰੂ ਹੋ ਚੁੱਕੇ ਨੇ। ਹਾਲ ਹੀ ਦੇ ਵਿੱਚ ਉਹਨਾਂ ਨੂੰ ਪੈਪਸ ਨੇ ਆਪਣੇ ਕੈਮਰੇ ਦੇ ਵਿੱਚ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ, ਬਟ ਐਕਟਰੈਸ ਆਪਣਾ ਚਿਹਰਾ ਲੁਕਾਉਂਦੀ ਨਜ਼ਰ ਆਈ। ਸੋਨਾਕਸ਼ੀ ਸਿਨਹਾ ਦੇ ਵਿਆਹ ਨੂੰ ਲੈ ਕੇ ਚੱਲ ਰਹੀਆਂ ਸਾਰੀਆਂ ਅਫਵਾਹਾਂ ਤੇ ਵਿਰਾਮ ਚਿੰਨ੍ਹ ਲੱਗ ਗਿਆ ਹੈ। ਉਹਨਾਂ ਦਾ ਵਿਆਹ ਹੁਣ ਜ਼ਹੀਰ ਇਕਬਾਲ ਦੇ ਨਾਲ ਹੀ ਹੋ ਰਿਹਾ ਹੈ, ਜਿਸ ਦੀਆਂ ਤਿਆਰੀਆਂ ਦੇ ਵਿੱਚ ਇਹ ਜੋੜਾ ਲੱਗਾ ਹੋਇਆ ਸੀ। ਬੈਚਲਰ ਪਾਰਟੀ ਤੋਂ ਬਾਅਦ ਹੁਣ ਫੈਨਸ ਉਹਨਾਂ ਦੇ ਵਿਆਹ ਦੀਆਂ ਰਸਮਾਂ ਅਤੇ ਵਿਆਹ ਦੀਆਂ ਤਸਵੀਰਾਂ ਦੇਖਣ ਲਈ ਬੇਤਾਬ ਨੇ। ਅਭਿਨੇਤਰੀ ਨੂੰ ਬੀਤੀ ਰਾਤ ਉਹਨਾਂ ਦੇ ਪ੍ਰੀ ਵੈਡਿੰਗ ਫੰਕਸ਼ਨ ਤੋਂ ਬਾਅਦ ਦੇਖਿਆ ਗਿਆ ਸੀ, ਪਰ ਉਹਨਾਂ ਨੇ ਆਪਣੇ ਆਪ ਨੂੰ ਕਾਰ ਦੇ ਅੰਦਰ ਪਰਦੇ ਦੇ ਪਿੱਛੇ ਲੁਕਾ ਲਿਆ, ਜਿਸ ਦਾ ਵੀਡੀਓ ਹੁਣ ਕਾਫੀ ਵਾਇਰਲ ਹੋ ਰਿਹਾ ਹੈ। ਪੈਪਰਾਜ਼ੀ ਸੋਨਾਕਸ਼ੀ ਸਿਨਹਾ ਦੇ ਘਰ ਦੇ ਬਾਹਰ ਉਹਨਾਂ ਦੇ ਵਿਆਹ ਦੀ ਹਰ ਝਲਕ ਦਿਖਾਉਣ ਦੇ ਲਈ ਬੈਠਾ ਰਿਹਾ। ਬੀਤੀ ਰਾਤ ਪ੍ਰੀ ਵੈਡਿੰਗ ਫੰਕਸ਼ਨ ਤੋਂ ਬਾਅਦ ਪੈਪਸ ਨੇ ਉਹਨਾਂ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੋਨਾਕਸ਼ੀ ਨੂੰ ਕੈਦ ਨਹੀਂ ਕੀਤਾ ਜਾ ਸਕਿਆ। ਵਾਇਰਲ ਵੀਡੀਓ ਮੁਤਾਬਿਕ ਸੋਨਾਕਸ਼ੀ ਕਾਰ ਦੇ ਅੰਦਰ ਸੀ, ਪਰ ਕੋਈ ਵੀ ਉਹਨਾਂ ਨੂੰ ਦੇਖ ਨਹੀਂ ਸਕਿਆ। ਕਾਰ ਦੀਆਂ ਖਿੜਕੀਆਂ ਦੇ ਨਾਲ ਪਿਛਲੀ ਸੀਟ ਨੂੰ ਇੱਕ ਪਰਦੇ ਦੇ ਨਾਲ ਟੱਕਿਆ ਹੋਇਆ ਸੀ, ਜਿਸ ਨਾਲ ਅਦਾਕਾਰਾ ਦੀ ਇੱਕ ਛੋਟੀ ਜਿਹੀ ਝਲਕ ਵੀ ਸਾਹਮਣੇ ਨਹੀਂ ਆ ਸਕੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੁਝ ਲੋਕ ਇਹ ਪੁੱਛ ਰਹੇ ਨੇ ਕਿ ਸੋਨਾਕਸ਼ੀ ਹੁਣ ਕਿਉਂ ਲੁਕ ਰਹੀ ਹੈ। ਵੈਲ, ਸੋਨਾਕਸ਼ੀ ਦੇ ਫੈਨਸ ਬੇਤਾਬ ਨੇ ਅਤੇ ਐਕਸਾਈਟਿਡ ਵੀ ਨੇ ਕਿ ਉਹ ਵਿਆਹ ਦੇ ਜੋੜੇ ਦੇ ਵਿੱਚ ਕਿਸ ਤਰ੍ਹਾਂ ਦੀ ਲੱਗੇਗੀ ਅਤੇ ਉਹਨਾਂ ਦੇ ਵਿਆਹ ਦੌਰਾਨ ਦੀਆਂ ਤਸਵੀਰਾਂ ਦਾ ਇੰਤਜ਼ਾਰ ਕਰਦੇ ਨਜ਼ਰ ਆ ਰਹੇ। ਤੁਹਾਨੂੰ ਦੱਸਦੇ ਚੱਲੀਏ ਕਿ ਸੋਨਾਕਸ਼ੀ ਅਤੇ ਜ਼ਾਹਿਰ 23 ਜੂਨ ਨੂੰ ਵਿਆਹ ਕਰਵਾਉਣ ਜਾ ਰਹੇ ਨੇ। ਹੁਣ ਗੱਲ ਕਰਦੇ ਹਾਂ ਵੈਬ ਸੀਰੀਜ਼ ਮਿਰਜ਼ਾਪੁਰ ਦੀ। ਮਿਰਜ਼ਾਪੁਰ ਜੋ ਕਿ ਪਹਿਲੇ 2 ਸੀਜ਼ਨਸ ਨੂੰ ਫੈਨਸ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ, ਹੁਣ ਫਾਈਨਲੀ ਇਸ ਦਾ 3rd ਸੀਜ਼ਨ ਰਿਲੀਜ਼ ਹੋਣ ਵਾਲਾ ਹੈ। ਹਾਲ ਫਿਲਹਾਲ ਇਸ ਦਾ ਟ੍ਰੇਲਰ ਰਿਲੀਜ਼ ਹੋਇਆ, ਜਿਸ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਫੈਨਸ ਦਾ।
ਮਸ਼ਹੂਰ ਵੈਬ ਸੀਰੀਜ਼ ਮਿਰਜ਼ਾਪੁਰ 3 ਦਾ ਫੈਨਸ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਦੱਸ ਦਈਏ ਕਿ ਹੁਣ ਦਰਸ਼ਕਾਂ ਦਾ ਇੰਤਜ਼ਾਰ ਖਤਮ ਹੋ ਚੁੱਕਾ ਹੈ। ਦਰਅਸਲ ਮੇਕਰਸ ਨੇ ਮਿਰਜ਼ਾਪੁਰ 3 ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਲੋਕਾਂ ਦੀ ਐਕਸਾਈਟਮੈਂਟ ਹੋਰ ਵੀ ਵੱਧ ਗਈ ਹੈ। ਐਮਾਜ਼ਾਨ ਪ੍ਰਾਈਮ ਵੀਡੀਓ ਦੀ ਸਭ ਤੋਂ ਉਡੀਕੀ ਜਾਣ ਵਾਲੀ ਵੈਬ ਸੀਰੀਜ਼ ਜਲਦ ਹੀ ਸਟ੍ਰੀਮ ਹੋਣ ਜਾ ਰਹੀ ਹੈ। ਟ੍ਰੇਲਰ ਦੇਖਣ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਤੀਜੇ ਸੀਜ਼ਨ ਦੀ ਕਹਾਣੀ ਕਾਫੀ ਦਿਲਚਸਪ ਹੋਣ ਵਾਲੀ ਹੈ। ਇਸ ਸੀਜ਼ਨ ਦੇ ਵਿੱਚ ਅਲੀਫ ਫਜ਼ਲ ਜਿਹਦਾ ਖਤਰਨਾਕ ਅਵਤਾਰ ਨਜ਼ਰ ਆ ਰਿਹਾ ਹੈ, ਇਸ ਵਾਰ ਈਸ਼ਾ ਤਲਵਾਰ ਅਤੇ ਅੰਜੁਮ ਸ਼ਰਮਾ ਦੇ ਕਿਰਦਾਰ ਵੀ ਹੋਰ ਦਮਦਾਰ ਨਜ਼ਰ ਆ ਰਹੇ ਨੇ। ਰਸਿਕਾ ਦੁੱਗਲ ਦਾ ਕਿਰਦਾਰ ਵੀ ਸ਼ੋਅ ਦੀ ਕਹਾਣੀ ਵਿੱਚ ਕਾਫੀ ਟਵਿਸਟ ਐਂਡ ਟਰਨ ਲੈ ਕੇ ਆਉਣ ਵਾਲਾ ਹੈ। ਆਖਰੀ ਕੁਝ ਸਕਿੰਟਾਂ ਦੇ ਵਿੱਚ ਪੰਕਜ ਤ੍ਰਿਪਾਠੀ ਦੀ ਝਲਕ ਵੀ ਦੇਖਣ ਨੂੰ ਮਿਲ ਰਹੀ ਹੈ। ਦਰਸ਼ਕਾਂ ਨੇ ਇਸ ਸੀਰੀਜ਼ ਦੇ ਫਸਟ ਐਂਡ ਸੈਕਿੰਡ ਸੀਜ਼ਨ ਨੂੰ ਵੀ ਬੇਹੱਦ ਪਿਆਰ ਦਿੱਤਾ। ਹੁਣ ਦੇਖਣਾ ਇਹ ਹੈ ਕਿ ਸੀਜ਼ਨ 3 ਕੀ ਕਮਾਲ ਦਿਖਾਉਂਦਾ ਹੈ। ਵਲਾਜ ਐਂਟਰਟੇਨਮੈਂਟ ਡਾਇਰੀਜ਼ ਵਿੱਚ ਨਾ ਹੀ ਹੋਰ ਅਪਡੇਟ ਦੇ ਲਈ ਬਣੇ ਰਹੋ ਪੰਜਾਬ ਡਾਇਰੀਜ਼ ਦੇ ਨਾਲ।